ਉਮੀਦ ਕਰਨਾ ਸਾਰੇ ਦੋਸਤ ਖੈਰ ਖਰੀਅਤ ਨਾਲ ਹੋ, ਠੀਕ ਹੋ ਸਰ। ਅੱਜ ਦਾ ਮਜ਼ੇਦਾਰ ਵਲੌਗ ਸ਼ੁਰੂ ਕਰ ਦਿੱਤਾ ਹੈ ਆਪਣੇ ਕਜ਼ਨ ਕੋਲ ਆਏ ਬੈਠੇ, ਕਜ਼ਨ ਕੋਲ ਤਾਂ ਨਹੀਂ, ਬੂਆ ਦੇ ਪੁੱਤਰ ਕੋਲ ਆਏ ਬੈਠੇ, ਗੱਪ ਸ਼ੱਪ ਲੈਂਦੇ ਬੈਠੇ, ਹਾਲ ਅਵੀਲਾ ਕਰਦੇ ਬੈਠੇ। ਅੱਜ ਸਾਡੀ ਸੱਕੀ ਮਸਾਤ ਬੈਠੀ ਸਾਰੇ ਇਕੱਠੇ, ਦੂ ਮਸਾਤ ਅੱਗੇ ਅਤੇ ਇੱਕ ਮਸਾਤ ਹੁਣ ਐਂਡ ਵਾਲਾ ਜਿਹੜਾ ਉਹਨੂੰ, ਯਾਨੀ ਕਿ ਟੋਰੂ ਹੈ, ਉਹਨਾਂ ਮੈਨੂੰ ਦਾਵਤ ਦਿੱਤੀ ਆਈ ਅਤੇ ਉਹਨਾਂ ਕਿ ਵੀ ਤੇਰੇ ਮਸਾਤ ਕੁੱਟ ਰਹੇ ਪਏ। ਮੈਂ ਕਿਹਾ ਚਲੋ ਕੋਈ ਨਹੀਂ, ਇੱਕ ਅੱਗੇ ਟੋਰ ਗਏ ਅਤੇ ਬੀਏ ਟੋਰ ਵੈਸੇ ਤਾਂ ਕੁਝ ਨਹੀਂ ਹੁੰਦਾ, ਗੱਪ ਸ਼ੱਪ ਹੁੰਦੀ ਹੈ ਜਿਹਦੇ ਜਾਣ ਦੀ। ਅੱਜ ਤੁਹਾਨੂੰ ਆਪਣੀ ਮਸਾਤ ਵੀ ਦਿਖਾਉਣੇ, ਉਸ ਤੋਂ ਬਾਅਦ ਜਿਹੜਾ ਮਸਾਤ ਨਾਲ ਟੁਰੇ ਪਏ ਮਸਾਤ ਦੇ, ਉਹ ਵੀ ਤੁਹਾਨੂੰ ਦਿਖਾਉਣੇ ਇਨਸ਼ਾਅੱਲਾ। ਅਤੇ ਤੁਹਾਨੂੰ ਹੁਣ ਕੈਮਰਾ ਉਡਾ ਹੀ ਕਰ ਦਿੱਤਾ, ਇਵੇਂ ਹੁਣ ਮਸਾਤ ਟੋਰੂ ਦੇ ਇਹਦੇ ਨਾਲ ਰੋਲਾ ਮੁਕਾ ਲਊ ਜ਼ਿੰਦਗੀ ਦਾ। ਅੱਛਾ ਅੱਛਾ, ਇਹ ਮਸਾਤ ਪੈ ਟੁਰੇ ਨੇ, ਅਨ ਕਰੀਬ ਇਹ ਮਸਾਤ ਤੁਹਾਨੂੰ ਮਿਲ ਸੀ, ਇਹ ਨਾਲ ਕਬਰ ਗੁਸਤਾਨ ਹੈ, ਉਹੀ ਤੁਹਾਨੂੰ ਲਿਖਾਇਆ ਮੈਂ, ਇਹ ਕਬਰ ਗੁਸਤਾਨ ਹੈ ਸਾਹਮਣੇ ਵੀ ਵਾਰ ਇਹ ਦੇਖ ਸਕਦੇ ਵੇ, ਇਹ ਸੱਚੀ ਯਾਦ ਆ ਖੜਾ ਤੁਹਾਡਾ ਵੀਰਾ, ਝੂਠ ਨਹੀਂ ਮੇਰੇ ਨਾਲ ਖੜਾ, ਕਬਰ ਗੁਸਤਾਨ ਹੈ ਜਾਂ ਕੋਈ ਨਹੀਂ ਇਹ ਨਾ, ਇਸੇ ਕਬਰ ਗੁਸਤਾਨ ਦੇ ਵਿੱਚ ਨਾ ਅਨ ਕਰੀਬ ਇਥਾਈ ਇਹਦੀ ਕਬਰ ਮੈਂ ਖਟਵਾ ਕੇ ਨਾ ਇਸ ਬੰਦੇ ਨੂੰ ਡਿਵਣਾ ਪੁਰਵਾ ਪੁਰੀ ਸੇ ਕੋਣ ਆ ਨਹੀਂ ਹੈ ਨਹੀਂ ਦਾ ਮਤਲਬ ਕਿ ਮਸਾਤ ਵਹਿੰਦਾ ਪੀ ਜੇ ਸੁਪਰੈਸ ਟਾਂ ਚਾਲ ਦੋ ਦਿਨਾਂ ਦੇ ਵਿੱਚ ਵਿੱਚ। ਅੱਛਾ ਹਾਂ, ਬੰਦਾ ਭੇਜ ਦੇਵਾ, ਭੇਜ ਦੇ ਪਹਿਲੇ ਖਟਵਾ ਕੇ ਰੱਖੇ ਬੰਦਾ, ਬਾਅਦ ਤੰਗੀ ਦੀ ਗਰਮੀ ਬੜੀ ਹੈ ਮਸਾਤ। ਨਹੀਂ ਆਪਾਂ ਰਾਤ ਨੂੰ 12 ਵਜੇ ਨੂੰ ਰੱਖਾਂਗੇ, ਰਾਤੀ ਠੰਡੇ ਟਾਂ ਕਿਉਂਕਿ ਮੁਰਦਿਆਂ ਨੂੰ ਜਾ ਕੇ ਆਖੇ ਅਸਲਾਮ ਅਲੈਕਮ। ਹਾਂ ਤੂੰ ਬੋਲ ਭਾਈ, ਵੰਜਣਾ ਚਾਹਨਾ ਜਾਂ ਕੋਣ ਆ ਮੇਰੀ ਕੋ ਤੁਸਾਂ ਲਿਖੀ ਬੈਠੇ ਹੋ, ਇਹ ਕੋਣ ਨਹੀਂ ਬੈਠੇ ਵੇ, ਵੀਵਰ ਸੁਣ ਲਵਾ ਤੇ ਮੇਰੀ ਤੁਸਾਂ ਲਿਖੀ ਬੈਠੇ ਹੋ ਦੀ ਪਹਿਲੇ ਲਿਖੋ, ਚਾਰ ਵਈ ਦੀ ਪਹਿਲੇ। ਅੱਛਾ ਵੀਵਰ ਉਹ ਤਾਂ ਚਲੋ ਨਾਲ ਬੈਠਾ, ਉਹ ਤਾਂ ਚਲੋ ਦੋ ਚਾਰ ਦੇ ਪਹਿਲੇ ਲੱਗਾ ਵੈਸੀ ਕੁਝ ਨਹੀਂ ਆਉਂਦਾ, ਅਗਲੀ ਵਾਰੀ ਤੇਰੀ ਹੈ ਨਾ, ਅਗਲੀ ਵਾਰੀ ਅਸਾਂ ਤਾਂ ਉਸ ਵਾਰੀ ਕੁੜੇ ਦੇ ਪੈ, ਬਿਲਕੁਲ ਇਹ ਦੋ ਦਿਨਾਂ ਦੇ ਵਿੱਚ ਵਹਿਣਾ ਪਈਆ। ਅੱਛਾ ਪੱਕੀ ਗੱਲ ਹੈ, ਅਗਰ ਮਸਾਤ ਇਹ ਨਾ ਗਿਆ ਨਾ ਵਲ ਮੈਂ ਤੇਰੇ ਕੋਲ ਕੋ ਨਹੀਂ ਆਉਣਾ, ਵਲ ਆਪਾਂ ਨੂੰ ਨਾ ਹੀ ਮਰਦਾ ਪਿਓ ਦਿਗਾਚੇ ਮਾਰ ਦੇ ਟੈਨਸ਼ਨ ਨਾਲ ਹੈ। ਪੱਕੀ ਗੱਲ ਹੈ, ਵਾਦਾ ਤੇਰਾ ਮੇਰਾ, ਹਾਂ ਵਾਦਾ ਤੇਰਾ ਮੇਰਾ, ਪੱਕੀ ਗੱਲ ਹੈ। ਗੱਲ ਸੁਣ ਲੈ, ਤੂੰ ਹੁਣ ਕੋਈ ਗੱਲ ਕਰਨੀ ਹੈ ਤਾਂ ਕਰ ਸਕਦਾ, ਨਹੀਂ ਤਾਂ ਮੈਂ ਹੁਣ ਜਿਹੜੀ ਗੱਲ ਆਪਣੇ ਵੀਵਰਾਂ ਨੂੰ ਦੱਸਣੀ ਹੈ ਕਰ ਦਿੱਤੀ ਹੈ, ਦੱਸ ਬਿਗੈਰਤੀ ਨਹੀਂ ਗੱਲ, ਇਹ ਮਸਾਤ ਗਲਤ ਕਰ ਗਈ, ਗਲਤ ਗੱਲ ਕਰਨ ਦੇ ਨਹੀਂ ਬੈਣ, ਮੈਂ ਹੁਣ ਕੀ ਕਰਾਂ, ਮੈਂ ਹੁਣ ਇੱਥਾਂ ਹੀ ਵੀਡੀਓ ਦਾ ਕਰਨਾ ਪਈ ਹੈ ਥੋੜ੍ਹਾ ਜਿਹਾ ਐਂਡ, ਇਹ ਤਾਂ ਮੈਂ ਕਲਿੱਪ ਥੋੜ੍ਹਾ ਜਿਹਾ ਕੱਢੇ ਸਾਂ ਸਾਈਡ 'ਤੇ, ਲੇਕਿਨ ਤੂੰ ਮਰ ਗਈ ਹੈ ਤੇ ਇੱਥੋਂ, ਇਹ ਕੋਈ ਮਰਦਾ ਹੈ ਨਾ ਵੀਵਰ, ਬੰਦਾ ਹੁਣ ਐਂਡ ਵਾਲੇ ਮਰਲਿਆਂ 'ਚ ਮਾਰਨਾ ਚਾਹੁੰਦੇ ਪਏ, ਤੁਹਾਨੂੰ ਦਿਖਾਉਂਦੇ ਮਸਾਤ, ਮਾਰ ਇਹਨੂੰ ਮਸਾਤ, ਇਹਨੂੰ ਮਾਰ ਸਿੱਧਾ, ਪਸੰਦ ਕੀਤੀਆ ਸੀ ਇਹਦੇ ਕੋਲ ਪੁੱਛ ਕਿਉਂ ਕੀਤੀਆ ਸੀ, ਗੱਲ ਨਹੀਂ ਕੱਢਣੀ, ਗੱਲਾਂ ਨਹੀਂ ਕੱਢਣੀਆਂ, ਮਸਾਤ ਇਹਨੂੰ ਕੋਲ ਪੁੱਛ ਪਸੰਦ ਕੀਤੀ ਸੀ ਕਿਉਂ ਕੀਤੀ ਸੀ, ਮਸਾਤ ਸੱਚੀ ਗੱਲ ਕੀਤੀ, ਬਿਗੈਰਤੀ ਕਰ ਗਈ ਨਾ, ਬਿਗੈਰਤ ਬਣਿਆ ਨਾ, ਸਭ ਤੋਂ ਵੱਡਾ ਬਿਗੈਰਤਾ ਹੀ ਹੈਗਾ, ਇਹਨੇ ਮੋਬਾਈਲ ਬੰਦ ਕਰ ਤੂੰ, ਹਾਂ ਪਹਿਲੇ ਇਹਦੇ ਨਿਕਾਹ ਕਰਾ, ਤੂੰ
ਗਾਣਾ ਬੇਵਕੂਫ ਬੰਦਾ ਗਾਣਾ ਕੱਢਦਾ ਹੈ, ਤੇਰੇ ਵਰਗਾ ਬੇਵਕੂਫ ਬੰਦਾ ਨਹੀਂ ਕੱਢਦਾ। ਆ ਚੱਲ ਮਰੇ ਮੋਬਾਈਲ ਦੇ ਮੈਨੂੰ, ਮੈਂ ਵੀ ਖੁਸ਼ ਲੈਣਾ ਜੀ। ਮਸਾਤ ਮੇਰੀ ਕੋ ਨਿਕਾਹ ਕਰਨਾ ਸੀ, ਅੱਗਾ ਪਰਵਾ ਛੋੜੀ ਸੀ, ਧੋਖਾ ਦੇ ਕੇ ਮੋਟਰਸਾਈਕਲ ਮੋਟਰਸਾਈਕਲ ਪੈਸੇ ਭਰਦੇ ਪਾਉਂਦੇ ਲੈ ਆਉਣੇ ਪਾਉਂਦੇ ਸਹਿ ਮਾਮਲਾਤ ਹੁੰਦੇ। ਅਸਾਂ ਤਾਂ ਐਤਬਾਰ ਕਰਨ ਨਾ ਬੰਦਿਆਂ ਦੇ, ਐਤਬਾਰ ਬੰਦੇ ਤਰੋੜ ਲੈਂਦੇ ਹਨ। ਇਹੋ ਜਿਹੇ ਬੰਦੇ ਜਿਹੜੇ ਸਾਹਮਣੇ ਬੈਠੇ ਹਨ, ਇਹ ਹੁਣ ਬੂਹਾ ਦਾ ਪੋਤਰੇ ਤਲੇ ਹੱਥ ਕਰ ਤੈਨੂੰ ਚਾਟਾਂ ਲੱਗਣ। ਮਸਾਤ ਮੇਰੀ ਕੋ ਆਖ ਕੇ ਨਿਕਾਹ ਨਹੀਂ ਸੀ ਕੀਤਾ, ਗਲਤ ਕਰੇਂਦੇ ਨੇ। ਮੋਟਰਸਾਈਕਲ ਲੈ ਵਜੇ ਨੂੰ ਉਹਦਾ ਮੋਬਾਈਲ ਖਤਮ ਹੋ ਗਿਆ, ਉਹਦੇ ਪੈਟਰੋਲ ਬਲਕਿ ਸ਼ੈ ਨਹੀਂ ਦਿੰਦੇ, ਪੈਟਰੋਲ ਹੀ ਨਹੀਂ ਦਿੰਦੇ। ਮਸਾਤ ਘਰ ਵਿੱਚ ਜੇ ਫਾਲਤੂ ਹੈ ਤੇ ਘੜ ਕੇ ਆਪਣੇ ਮੋਟਰਸਾਈਕਲ ਗੇਨ ਵੈਂਦੇ ਨੇ। ਆ ਦਿਨ ਬਈ ਉਡੂ ਪਵਾਲ ਹੈ ਸੀ, ਖਤਮ ਹੋ ਗਿਆ, ਕੋਈ ਸ਼ੈ ਕੋਣ, ਕੁਛ ਸ਼ੈ ਕੋਣ ਨਹੀਂ। ਮਸਾਤ ਬੇਤਰ ਦਿੱਤਾ ਇਹ ਨਾ ਕਰੋ ਨਾ, ਬੇਤਰ ਇਹੀ ਗੱਲ, ਇਹੋ ਜਿਹੇ ਬੰਦੇ ਨੂੰ ਦਫਾ ਕਰੋ, ਇਹੋ ਜਿਹੇ ਬੰਦੇ ਨੂੰ ਛੱਡੋ, ਜਿਹੋ ਜਿਹੇ ਇਹ ਬੰਦਾ ਬੈਠਾ। ਵੀਰ ਅੱਜ ਯਕੀਨ ਕਰ ਲਓ ਇਹ ਬੰਦਾ ਸਿਰ ਫੱਤੀ ਬੈਠਾ ਹੈ। ਸਾਡਾ ਇੱਕ ਨਾ ਅੱਜ ਅਨੋਖਾ ਪ੍ਰੋਗਰਾਮ ਦਿੱਤੇ ਪੈਵੇ, ਤੁਸੀਂ ਤੁਹਾਨੂੰ ਝਾਸਾ ਸੀ ਵਾਅਦਾ ਰਹੀ ਆ, ਗੱਪ ਸ਼ੱਪ ਸਾਡੀ ਪੂਰੀ ਸੁਣੀ ਕਰੋ। ਇਹ ਤਾਂ ਨਹੀਂ ਵੈਸਾ ਤੁਹਾਡੀ ਖਾਤਰ ਮਿਹਨਤ ਕਰਕੇ ਵੀਡੀਓ ਬਣਾਓ, ਸਾਰਾ ਕੁਝ ਕਰੂੰ ਤੁਹਾਡੀ ਜ਼ਾਤ ਦੀ ਖਾਤਰ। ਵਾਲੀ ਤੁਸੀਂ ਸਾਡੀ ਵੀਡੀਓ ਇਹਨਾਂ ਦੇਖੋ, ਅਸਾਂ ਇਹਦੀ ਮਿਹਨਤ ਕਰਕੇ ਕਿੱਥੋਂ ਕਿੱਥੋਂ ਤੁਹਾਡੀ ਪਹੁੰਚੂ, ਅਤੇ ਸਾਨੂੰ ਤੁਸੀਂ ਹਰ ਗੱਲ ਹੀ ਮੈਂ ਸਸਤੇ 'ਚ ਲੈ ਵਜਾਂ ਚਾਸਨੀਆਂ ਦੇ। ਹੁਣ ਸਾਨੂੰ ਇੱਕ ਪਾਸੇ ਬਾਹੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਹੈ ਇਹ ਬੈਠਾ ਸਾਡਾ ਰਿਸ਼ਤੇਦਾਰ, ਤੁਹਾਡੀ ਮਿਹਰਬਾਨੀ ਹੈ, ਇਹਨੂੰ ਜ਼ਰਾ ਸਪੋਰਟ ਕੀਤੀ ਕਰੋ, ਸਾਡੀ ਵੀ ਸਪੋਰਟ ਹੈ ਇਹਨੂੰ, ਅਤੇ ਬਾਕੀ ਸਾਡੀ ਗੱਪ ਸ਼ੱਪ ਐਵੇਂ ਹੀ ਲੱਗਦੀ ਵਹਿਰਾ ਰਹਿੰਦੀ ਹੈ, ਕੋਈ ਰੌਲਾ ਨਹੀਂ ਹੈ। ਫੀਵਰ ਮਦਦ ਦੀ ਗੱਲ ਇੱਕ ਵਾਰੀ ਤੁਹਾਨੂੰ ਦੱਸੀ ਵਜਾ, ਤੁਸੀਂ ਆਖਰ ਪਤਾ ਨਹੀਂ ਕਿ ਉਹ ਇਹ ਸਹੀ ਵਾਲ ਦੀ ਜਿਹੜੀ ਸਾਡੀ ਮਸਾਤ ਹੈ ਨਾ, ਉਹਦੀ ਆਵਾਜ਼ ਹੀ ਹੋ ਜਾਈ, ਤੁਸੀਂ ਆਖਰ ਪਤਾ ਨਹੀਂ ਕਿ ਜਾਂ ਕੇ ਮਾਮਲਾ ਤੇ। ਇਹੋ ਜਿਹੜਾ ਬੈਠਾ ਬੂਹਾ ਦਾ ਪੁੱਤਰ ਸਹੀ ਵਾਲ ਵਾਲੀ ਕੁਪਰ ਨੀਂਦ ਆਏ ਇਹਨਾਂ ਦੀ। ਹੁਣ ਮੈਂ ਗੱਲ ਕਰਨੀ ਕੋਈ ਧੋਖਾ ਕੀਤਾ ਬੈਠਾ ਕੀਤਾ ਘਰ ਦੇਖ ਸ਼ੁਗਲ ਮੇਲਾ, ਇਹ ਕੱਚੀਆਂ ਕੰਧਾਂ ਦੇਖ ਕੇ, ਇਹ ਛੋਟਾ ਜਿਹਾ ਘਰ ਦੇਖ ਕੇ, ਇਹ ਛੋਟਾ ਜਿਹਾ ਕੂਲਰ ਪੱਖਾ ਦੇਖ ਕੇ ਨਾ ਮੇਰੀ ਮਸਾਤ ਨੂੰ ਇਤਰਾਜ ਕੀਤੀ ਬੈਠੇ ਵੀ 15-20 ਰੱਖ ਬਹਿ ਤੁਹਾਡਾ ਮੈਂ ਮੰਨੇ ਨਾ। ਤੂੰ ਮੇਰੀ ਮਸਾਤ ਜਿਹੜੀ ਤੈਨੂੰ ਦਿਲੋਂ ਜਾਨ ਤੂੰ ਦੀ ਆਹ ਝਾਂਦੀ ਹੈ, ਤੂੰ ਅੱਗਾ ਪਰਨ ਬਾਈ ਬੈਠਾ ਹੱਥਾਂ ਨਾਲ, ਹੁਣ ਉਹਦਾ ਚੱਲ ਹੁਣ ਮੈਂ ਤੈਨੂੰ ਕੁਝ ਨਹੀਂ ਆਹ ਬੰਦਾ ਬਾਹਰੋਂ ਵੀ ਆ ਗਈ ਵੀਰ, ਉਹ ਇਸ ਪਰੂ ਆ ਗਈ ਜਿਹਦੇ ਹੱਥ ਨਾਲ ਇਸਨੇ ਨਿਕਾਹ ਕੀਤਾ ਹੈ, ਉਸ ਵਜ੍ਹਾ ਕਰਕੇ ਮਸਾਤ ਗਲਤ ਕੀਤਾ ਇਹਨੇ, ਮੈਨੂੰ ਧੋਖਾ ਦੇ ਕੇ ਮੈਨੂੰ ਕਚਹਿਰੀਆਂ 'ਚ ਲੈ ਗਈ ਹੈ, ਇਹਨੇ ਆਪਣੇ ਨਿਕਾਹ ਦਾ ਨਾਂ ਲਾ ਕੇ ਇਹਨੇ ਮੇਰਾ ਵੀਆ ਅੱਗੇ ਦੇ ਬੰਦੇ ਨਾਲ ਨਿਕਾਹ ਕਰਾਤਾ, ਇਹਨੇ ਮੈਨੂੰ ਐਡਾ ਵੱਡਾ ਇਸ ਬੰਦੇ ਨੇ ਧੋਖਾ ਕੀਤਾ। ਵੀਰ ਮੈਂ ਤੁਹਾਨੂੰ ਸੱਚ ਆਦਾ ਬੈਠੇ, ਵਾਕਈ ਇਸਨੇ ਧੋਖਾ ਕੀਤਾ। ਇਹ ਜਿਹੜੇ ਸਵੇਰੇ ਖਬਰ ਚੱਲ ਸੀ ਯੂਟਿਊਬ 'ਤੇ, ਯਕੀਨ ਕਰ ਲਓ ਉਸ ਵੇਲੇ ਇਹ ਬੰਦਾ ਡੱਕਾ ਹੋਇਆ ਸੀ, ਤੇ ਮੈਂ ਤੁਹਾਡਾ ਵੀਰਾ ਖੁਸ਼ ਹੋ ਤਾਂ ਪੁੱਛ ਲਓ ਕਿਉਂ ਮੇਰੇ ਨਾਲ ਹੀ ਰੂ ਨੰਬਰੀ ਕੀਤੀ ਵਾ ਦਿਨ, ਖਾਸ ਤੌਰ ਇਹ ਬੰਦਾ ਤਾਂ ਵਿਆਜ ਤੇ ਕੀਤੀ ਵਾ ਮੇਰੀ ਮਸਾਤ ਵੱਲ ਮੇਰੇ ਨਾਲ।
ਬਿਲਕੁਲ ਮੈਂ ਨਾਲ ਆ ਇਨਸ਼ਾਅੱਲਾ ਇਨਸ਼ਾਅੱਲਾ ਮੈਂ ਨਾ ਧੋਖਾ ਹੀ ਬੜਾ ਕੀਤਾ ਮੇਰਾ ਦਿਲ ਕਰਦਾ ਮੈਂ ਜ਼ਹਿਰ ਖਾ ਲਵਾਂ ਵੀਵਰ ਆਦਾ ਤੇਰੇ ਸਾਲਿਆਂ ਦੇ ਨਾਲ ਰਲ ਕੇ ਤੈਨੂੰ ਫੈਰ ਮਾਰਨਾ ਬਈ ਤੂੰ ਮਾਰ ਤੂੰ ਏਡਾ ਗੈਰਤੀ ਮਾਰ ਤੂੰ ਸਮਾਣੀ ਮੇਰੇ ਲੈ ਕੇ ਕੋਈ ਨਹੀਂ ਆਇਆ ਉਹ ਤਾਂ ਜਾਣੀਆਂ ਦੇ ਵਿੱਚ ਪੁੱਤਰ ਮੇਰਾ ਪੁੱਤਰ ਮੈਂ ਮਰ ਗਈਆਂ ਨਾ ਮੇਰੇ ਡੂ ਤਰੇ ਸਾਲੇ ਬਲਕਿ ਪੰਜ ਨੌ ਇੰਚ ਛੋਟੇ ਵਧੇ ਤੇ ਇੱਕ ਤੂੰ ਮੇਰਾ ਸਾਲਾ ਪੀ ਹੈ ਜਿਹੜਾ ਮੂੰਹ ਲੁਕਾਈ ਪੀ ਹੈ ਮੈਂ ਤੁਹਾਡੇ ਤੇ ਇਲਜ਼ਾਮ ਦੇ ਕੇ ਨਹੀਂ ਮੈਂ ਜੈਨੂਨਾਂ ਦਾ ਬੈਠਾ ਵੀ ਸੱਤ ਅੱਠ ਬੰਦੇ ਨੇ ਮੇਰੇ ਮਾਰਨ ਦੇ ਆਕੇ ਚਿਨ ਤੂੰ ਹੀ ਵਿੱਚ ਉਸ ਤੋਂ ਬਾਅਦ ਨਾ ਮਸਾਤ ਮੈਨੂੰ ਕਹਿ ਮਾਰਾ ਨਾ ਮੇਰੀ ਮਸਾਤ ਪਹਿਲੇ ਮਾਰਨੇ ਸੀ ਵਾਦਾ ਰਹੀ ਗਿਆ ਜਿਹੜੇ ਬੰਦੇ ਪਸੰਦ ਦੀ ਸ਼ਾਦੀ ਕਰਨਾ ਚਾਹੁੰਦੇ ਨੇ ਤੇ ਜਿਹੜਾ ਬੰਦੇ ਨਾਲ ਹਾਲ ਵੀਲਾ ਪਸੰਦ ਹੋਵੇ ਨਾ ਤੁਹਾਨੂੰ ਪਤਾ ਸੀ ਜਿਹੜੇ ਬੰਦੇ ਪਸੰਦ ਦੀ ਸ਼ਾਦੀ ਕਰਦੇ ਨੇ ਜਿਹੜੇ ਬੰਦੇ ਪਸੰਦ ਦੀ ਸ਼ਾਦੀ ਕਰਨੀ ਹੈ ਉਸਨੇ ਤਾਂ ਕੀਤੀ ਕੋ ਨਹੀਂ ਆਪਣੀ ਮਰਜ਼ੀ ਨਾਲ ਜਿਹੜੇ ਕਰਨੀ ਆਈ ਉਸਨੇ ਕੀਤੀ ਕੋਨੀ ਉਸਨੇ ਕੀਤੀ ਕੋਨੀ ਤੇ ਅੱਗਾ ਬੰਦੇ ਦੇ ਫਾਲ ਆ ਦਿੱਤੇ ਸੀ ਇੱਕ ਮਿੰਟ ਮੇਰੀ ਗੱਲ ਪੂਰੀ ਹੋਣ ਦੋ ਤੁਹਾਨੂੰ ਲਿਖਾਂਦਾ ਮੈਂ ਇਹ ਬੰਦਾ ਜਿਹੜਾ ਬੰਦਾ ਸ਼ਾਦੀ ਕਰਨ ਨਹੀਂ ਚਾਹੁੰਦਾ ਇਹ ਔਰਤ ਹੈ ਜਿਹੜੀ ਸ਼ਾਦੀ ਇੰਦ ਨਾਲ ਕਰਨਾ ਚਾਹੁੰਦੀ ਹੈ ਉਸ ਤੋਂ ਬਾਅਦ ਇਸ ਬੰਦੇ ਨਾਲ ਤੇ ਸ਼ਾਦੀ ਕਰਨਾ ਨਹੀਂ ਸੀ ਚਾਹੁੰਦੀ ਮੈਂ ਇਸ ਬੰਦੇ ਨੂੰ ਪਸੰਦ ਕਰਦੀ ਸੀ ਜ਼ਬਰਦਸਤੀ ਦੋ ਦਿਮਾਗ ਕੇ ਕਚਹਿਰੀਆਂ ਦਾਬਾ ਦਬਾ ਦੇ ਕੇ ਮੇਰੇ ਇਸ ਬੰਦੇ ਨਾਲ ਨਿਕਾਹ ਕੀਤਾ ਕੀ ਹੈ ਸੁਣ ਕੀ ਦੋ ਸੀ ਇਹ ਹਕੀਕਤ ਗੱਲ ਹੈ ਇਹ ਹਕੀਕਤ ਗੱਲ ਦਾ ਮਤਲਬ ਇਹ ਬਈ ਡੂ ਨੰਬਰ ਹੀ ਤਾਂ ਡੂ ਨੰਬਰ ਹੀ ਹੈ ਨਾ ਕਹਿ ਨਾ ਕਹਿ ਮੋੜ ਤੇ ਸਾਬੇ ਤੋਮਣੀ ਹੈ ਅੱਜ ਹੋ ਗਈ ਹੈ ਮੈਨੂੰ ਨਾ ਸੱਦੇ ਖਾਣਾ ਛਾਣਾ ਹੀ ਨਾ ਆਖਿਆ ਅੱਗਾਂ ਪਿੱਛੇ ਜਿਹੜੇ ਮਾਮਲਾਤ ਉਹਨਾਂ ਜ਼ਿੰਦਗੀ ਦੇ ਸਾਰਾ ਕੁਛ ਚੀਤੀ ਕਣੇ ਉਹਨਾਂ ਮੈਨੂੰ ਸੱਦਣ ਦਾ ਮਕਸਦ ਹੈ ਮੇਰਾ ਇਹ ਬੂਆ ਦਾ ਪੁੱਤਰ ਸੱਚੀ ਬਾਤ ਇਹੀ ਸਾਡਾ ਵੀਰਾ ਹੈ ਹੁਣ ਜਿਹਦੇ ਨਾਲ ਅਸੀਂ ਨਿਕਾਹ ਗਾਤਕੀ ਦਾ ਸਾਡਾ ਵੀਰਾ ਹੀ ਹੋ ਸੀ ਨਾ ਉਸ ਤੋਂ ਬਾਅਦ ਜਿਹੜਾ ਇਹ ਬੰਦਾ ਇਹ ਡੂ ਨੰਬਰ ਹੈ ਅੱਛਾ ਇਹ ਹੁਣ ਆਪਣੇ ਘਰ ਵਾਲੇ ਦੇ ਨਾਲ ਹੀ ਤੇ ਬਹਿ ਸਕਦੀ ਜਿਹਦੇ ਨਾਲ ਨਿਕਾਹ ਕੀਤਾ ਸੀ ਇਹ ਇਕੱਠੇ ਬੈਠੀਏ ਤੇ ਹੀ ਪਰ ਬੈਠੀਏ ਇਹਨੂੰ ਪਸੰਦ ਕਰੇ ਜੀ ਵਾਕਈ ਸੁਣ ਲਓ ਓਹੀ ਬਾਈ ਏ ਉਸ ਤੋਂ ਬਾਅਦ ਨਾ ਅੱਜ ਮੁੱਕ ਮੁਕਾ ਕਰਕੇ ਉੱਡੀ ਤਾਂ ਜਾਂ ਤਾਂ ਬਾਈ ਬੂਆ ਦਾ ਪੁੱਤਰ ਨਿਕਾਹ ਗਏ ਸੀ ਮੇਰੀ ਅੱਜ ਇਹ ਗੱਲ ਹੈ ਮੇਰਾ ਇਹ ਵੀ ਰਿਸ਼ਤੇਦਾਰ ਇਹਨੇ ਨਾ ਮੈਨੂੰ ਤਾਂ ਵਾਸਤੇ ਆਪਣੇ ਘਰ ਦਾਵਤ ਕੀਤੀ ਇਹਨੂੰ ਮੰਗਾਇਆ ਹੈ ਇਹਨੂੰ ਮੈਂ ਖਾਣਾ ਛਾਣਾ ਬਿਲਕੁਲ ਓਕੇ ਕੀਤਾ ਹੈ ਮੈਨੂੰ ਇਹ ਕੀਤਾ ਕਿ ਅੱਜ ਮੇਰੀ ਮੁਕਾਮ ਅੱਜ ਮੇਰੀ ਉਸ ਬੰਦੇ ਨਾਲ ਨਹੀਂ ਬਣਦੀ ਇਹਨਾਂ ਨਾਲ ਬਣਦੀ ਮੇਰੀ ਅੱਜ ਨਿਕਾਹ ਇੱਧਰੋਂ ਤਲਾਕ ਲੈ ਕੇ ਇੱਧਰ ਕੀਤਾ ਜਾਵੇ ਬਸ ਨਹੀਂ ਤਾਂ ਮੈਂ ਜ਼ਹਿਰ ਖਾ ਲਵਾਂਗੀ ਜੀ ਮਹਿੰਦੇ ਲੱਗਾਂਗੀ ਇਹ ਬੰਦਾ ਬੈਠਾ ਵੀ ਪਰ
ਗੱਲ ਮੁੱਕ ਗਈ ਹੁਣ ਸਾਈ ਕਰੇ ਨਾ ਵੀ ਐਂ ਡਾਂਗਾ ਤੁਰੋ ਕਈ ਗੱਲ ਹੀ ਨਹੀਂ ਦਿਸੇਦਾ ਹੁਣ ਅੱਗਾਂ ਉਸ ਵੇਲੇ ਦਿਸੇ ਸਾਂ ਜਿਹੜੇ ਲਈ ਬੰਦਾ ਨਿਕਾਹ ਕਰੇ ਸੀ ਨਿਕਾਹ ਨੀ ਕਰਿਆ ਤਾਂ ਵਾਲੀ ਇਸ ਤਰ੍ਹਾਂ ਸਾਨੂੰ ਅੱਜ ਖੜਾ ਵਿਆ ਜਿੰਦਾ ਜਾਗਦਾ ਇਵੇਂ ਖੜਾ ਨਾ ਤੁਹਾਨੂੰ ਜ਼ਰੂਰ ਇਨਸ਼ਾਅੱਲਾ ਮਜ਼ਾ ਸੀ ਤੇ ਇਹ ਬੰਦਾ ਡੱਕੋ ਹੋਇਆ ਸੀ ਵਾਦਰੀ ਆ ਜਾਨ ਛੁੱਟੀ ਹੋਈ ਸੀ ਇਸ ਬੰਦੇ ਦੀ ਓਕੇ ਥੋੜੇ ਜਿਹੇ ਕਲਿਪ ਤੋਂ ਬਾਅਦ ਵਾਰ ਮਿਲ ਸੀ ਇਨਸ਼ਾਅੱਲਾ ਤੇਰਾ ਬੰਦਾ ਇਹ ਜਿਹੜਾ ਮੂੰਹ ਤੇ ਆਸਰੀ ਦੀ ਵੀ ਹੈ ਸੁਣ ਲੈ ਪੁੱਤਰ ਚੱਲ ਬੂਆ ਲੈ ਅੱਗਾ ਥਾਣੇ ਤੇ ਚੱਲ ਅੱਜ ਤੂੰ ਬਾਈ ਤੇਰੀ ਬਾਈ ਮੈਨੂੰ ਦਿੰਗਾ ਚ ਫਸਾਇਆ ਇਸ ਮੇਰਾ ਵਕੀਲ ਬਜ ਗਿਆ ਇਹਦਾ ਵਕੀਲ ਬਜ ਗਿਆ ਉਸ ਆਪੇ ਵਕੀਲ ਕਰਕੇ ਮਿਠਾਈ ਆਪ ਲੈ ਆਇਆ ਉਸ ਫਸਾਇਆ ਮੈਨੂੰ ਤਾਂ ਉਸ ਫਸਾਇਆ ਵਾਕਈ ਉਸ ਫਸਾ ਦੀ ਨਾਲ ਸੀ ਨਾਲ ਸੀ ਸੱਕਾ ਮਾਮਾ ਆ ਗਏ ਮੇਰਾ ਬਈ ਤੂੰ ਮੇਰੀ ਵੀਡੀਓ ਬਣਾ ਜੋ ਮਰਜ਼ੀ ਕਰੇ ਕਰ ਹੈ ਨਾ ਬੁੱਝੇ ਮਾਮਾ ਨੇ ਤਾਂ ਬੈਠਾ ਸੱਕਾ ਮਾਮਾ ਹੈ ਸੱਕਾ ਮਾਮਾ ਬੁੱਝੇ ਨੇ ਤਾਂ ਬੈਠਾ ਕੋਈ ਗੱਲ ਮਾਮੇ ਇਵੇਂ ਆਉਂਦਾ ਨੀ ਦੇਖ ਲਓ ਕੌਣ ਇਹ ਸਿੰਧ ਵਾਲੇ ਤੇਰੇ ਯਾਰ ਖਣ ਸਿੰਧ ਵਾਲੇ ਸਿੰਧ ਵਾਲੇ ਤੇਰੇ ਯਾਰ ਖੜਨ